ਐਕਸੀਡੈਂਟ ਹੋ ਗਿਆ, ਐਕਸੀਡੈਂਟ ਐਕਸੀਡੈਂਟ ਹੋ ਗਿਆ। ਕਿਰਪਾ ਚਾਹੀਦੀ ਹੈ ਰੱਬ ਦੀ ਬਸ। ਪਟਿਆਲੇ ਵਾਲਾ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਜੀ, ਕਹਿੰਦੇ ਗੁੱਡ ਮੋਰਨਿੰਗ ਹੋ ਗਈ ਸੋਹਣੀ ਸੋਹਣੀ ਸੰਡੇ ਦੀ। ਗੁੱਡ ਮੋਰਨਿੰਗ, ਵੈਲਕਮ ਬੈਕ ਗੁਰਜੀਤ ਸਾਹਿਬ ਵਲੋਗ 'ਚ। ਤਿਆਰ ਸ਼ਹਿਰ ਬਾਹਰ ਹੋ ਗਏ ਆਪਾਂ, 6 ਵੱਜ ਕੇ ਨਿਕਲ ਗਏ ਆਪਾਂ ਬੱਸ ਸਟੈਂਡ ਨੂੰ। ਬੱਸ ਸਟੈਂਡ ਨੂੰ ਚੱਲੇ ਆਪਾਂ ਅੱਜ ਪਟਿਆਲੇ, ਪਟਿਆਲੇ ਇਕੱਲੇ ਹੀ ਚੱਲੇ ਹਾਂ। ਬੱਸ ਸਟੈਂਡ ਹੈਗਾ ਇੱਥੋਂ ਦੂਰ, ਬਟ ਦੇਖਦੇ ਕੋਈ ਚੀਜ਼ ਮਿਲ ਗਈ ਤਾਂ ਰਕਸ਼ਾ ਵਗੈਰਾ ਲੈ ਲਾਂਗੇ, ਨਹੀਂ ਤੁਰੇ ਚੱਲਾਂਗੇ ਸੈਰ ਕਰਦੇ। ਗਰਮੈਸ਼ ਸੁਬਹਾ ਸੁਬਹਾ ਦੇਖੋ ਕਿੰਨੀ ਹੋਈ ਪਈ ਹੈ, ਤੁਹਾਨੂੰ ਤਾਂ ਕੀ ਪਤਾ ਲੱਗਣਾ, ਤਕੜੀ ਗਰਮੈਸ਼ ਹੈ। ਰਕਸ਼ਾ ਵਗੈਰਾ ਤਾਂ ਕੋਈ ਖੜਾ ਹੀ ਨਹੀਂ ਗਾ, ਤਰੱਕੀ ਜਾਣਾ ਪਊਗਾ, ਤਰੱਕੀ ਜਾਣਾ ਪਊਗਾ ਮੇਰੇ ਕੋਲ। ਉਹ ਬੱਲੇ 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 ਬੱਲਾ 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 ਹੋ ਜੂਗੀ, ਤਰੱਕੀ ਜਾਣਾ ਪਊਗਾ ਬੱਲਾ ਬੱਲਾ। ਕਈ ਸਾਲਾਂ ਬਾਅਦ ਮੈਂ ਬੱਸ ਦਾ ਸਫ਼ਰ ਕਰਨ ਲੱਗਿਆ। ਆਹ ਪਾਰਕ 'ਚ ਕਿੰਨੇ ਦਰੱਖਤ ਲੱਗੇ, ਕਿੱਡੇ ਸੋਹਣੇ ਸੋਹਣੇ। ਬੱਸ ਦਾ ਸਫ਼ਰ ਕਰੂੰਗਾ, ਬੱਸ ਦਾ ਸਫ਼ਰ ਹੀ ਨਹੀਂ ਕੀਤਾ ਕਦੇ। ਅੱਜ ਉਹ ਕਾਰ ਟੁੱਟ ਜਾਣਾ, ਅੱਜ ਬੱਸ ਦਾ ਸਫ਼ਰ ਹੋ ਜੂਗਾ। ਲਓ ਜੀ, ਮਿਲਿਆ ਕੁਛ ਨਹੀਂ, ਪੈਦਲ ਹੀ ਜਾ ਰਹੇ ਹਾਂ, ਪੈਦਲ ਹੀ ਯਾਤਰਾ ਸਫਲ ਕੀਤੀ ਆਪਾਂ, ਪੈਦਲ ਹੀ ਤੁਰੇ ਹਾਂ। ਇੰਨੀ ਸੁਬਹ ਸੁਬਹ ਕੋਈ ਰਕਸ਼ੇ ਵਾਲਾ ਵੀ ਨਹੀਂ ਮਿਲਦਾ। ਨਹਾਉਣ ਦਾ ਕੋਈ ਫਾਇਦਾ ਨਹੀਂ ਹੋਇਆ, ਪਸੀਨੇ ਨਾ ਭਿੱਜ ਗਏ, ਪਸੀਨੋ ਪਸੀਨੇ ਹੋ ਗਏ। ਆਖਿਰਕਾਰ ਮੇਨ ਰੋਡ ਮਿਲ ਹੀ ਗਈ ਭਾਈ, ਹਾਂ ਮੇਨ ਰੋਡ ਆ ਗਈ ਆਪਣੀ, ਜਿੱਥੋਂ ਬੱਸ ਫੜਾਂਗੇ, ਜਿੱਥੇ ਜਵਾਕਾਂ ਨੂੰ ਛੱਡਣ ਆਉਂਦੇ ਹੁੰਦੇ ਹਾਂ ਉੱਥੋਂ ਫੜ ਲਾਂਗੇ ਬੱਸ। ਇੰਨੀ ਦੂਰ ਅੱਡੇ 'ਤੇ ਤਾਂ ਤੁਰ ਕੇ ਜਾਇਆ ਨਹੀਂ ਜਾਣਾ ਸੀਗਾ। ਉਹ ਸਾਹਮਣੇ ਖੜਾਂਗੇ ਬੈਂਕ ਕੋਲ ਖੜਾਂਗੇ, ਆਈ ਸੀ ਕੌਣ ਆਈ ਸੀ, ਮੈਂ ਆਈ ਸੀ, ਇੱਥੇ ਖੜਾਂਗੇ ਬੈਂਕ ਕੋਲ ਆਪਾਂ। ਆਹ ਸਿੱਧੀ ਸੜਕ ਜਾਣਾ ਆਪਾਂ, ਸੁਬਹਾ ਸੁਬਹਾ ਦੁੱਧ ਦਾ ਕੰਮ ਚੱਲ ਰਿਹਾ ਭਾਈ, ਦੁੱਧ ਦਾ ਲੈਣ ਦੇਣ ਚੱਲੀ ਜਾਂਦਾ। ਇੱਧਰੋਂ ਆਊਗੀ ਬੱਸ ਆਪਣੀ, ਸੌ ਗਏ ਸੀਗੇ ਪਟਿਆਲੇ ਪਹੁੰਚਣ ਵਾਲੇ ਆ। 6:30 ਬੱਸ ਚੱਲੀ ਸੀਗੀ, ਅੱਧਾ ਘੰਟਾ ਹੋਰ ਲੱਗੂਗਾ, ਅੱਧਾ ਘੰਟਾ ਹੋਰ। 9 ਵੱਜ ਗਏ ਪਟਿਆਲੇ ਪਹੁੰਚ ਗਏ, ਕਹਿੰਦੇ ਕਹਿੰਦੇ ਕਿੱਥੇ ਪਹੁੰਚ ਗਏ, ਕਹਿੰਦੇ ਪਟਿਆਲੇ ਪਹੁੰਚ ਗਏ, ਪਟਿਆਲਾ ਰੀਜ ਸਾਹਮਣੇ ਹਸਪਤਾਲ ਹੈ ਸਰਕਾਰੀ, ਘੈਂਟ ਸ਼ਹਿਰ ਪਟਿਆਲੇ 'ਚ ਪਹੁੰਚ ਗਏ। 6:30 ਚੱਲੇ ਸੀ ਆਪਾਂ ਅਤੇ
9 ਵਜੇ ਪੂਰੇ ਪਹੁੰਚ ਗਏ, ਪੂਰੇ 9 ਵਜੇ। ਕਿਆ ਬਾਤ, ਆਪਣੇ ਨਾਲ ਦੀ ਗੱਡੀ ਜਾਂਦੀ ਅਤੇ ਇੱਥੇ ਆਪਾਂ ਨੂੰ ਬਾਈ ਲੈਣ ਆਊਗਾ ਅਤੇ ਫਿਰ ਉਹ ਅੱਗੇ ਛੱਡ ਕੇ ਆਊਗਾ ਆਪਾਂ ਨੂੰ। ਉੱਥੋਂ ਆਪਾਂ ਚੱਕਣੀ ਆਪਣੀ ਗੱਡੀ, ਗੱਡੀ ਗੱਡੀ ਸੈਕਿੰਡ ਗੱਡੀ ਚੱਕਣੀ ਆਪਣੀ, ਛੋਟੀ ਗੱਡੀ ਇੱਕ ਹੋਰ ਲੈ ਲਈ, ਕਹਿੰਦੇ ਇੱਕ ਹੋਰ ਲੈ ਲਈ ਛੋਟੀ ਗੱਡੀ, ਉਹ ਚੱਕਣੀ ਆ ਹੁਣ। ਉਹਦੇ ਵਾਸਤੇ ਸਪੈਸ਼ਲ ਪਟਿਆਲੇ ਆਇਆ। ਖਾਲੀ ਖਾਲੀ ਸੜਕਾਂ ਪਈਆਂ, ਖਾਲੀ ਖਾਲੀ ਸੜਕਾਂ। ਬਠਿੰਡੇ ਤੋਂ ਮਿਲੀ ਸੀ ਮਰਸੀਜ਼ ਬੱਸ, ਫਿਰ ਉਹਨਾਂ ਨੇ ਬਾਹਰ ਤਾਰਤਾ, ਫਿਰ ਉਹ ਕਹਿੰਦੇ ਆਹ ਬੱਸ ਖੜੀ ਹੈ, ਉਹ ਅੰਦਰ ਨਹੀਂ ਆਉਂਦੇ ਪਟਿਆਲੇ ਦੇ ਉਹ ਬੱਸ ਵਾਲੇ। ਅਤੇ ਫਿਰ ਇੱਕ ਬੱਸ ਖੜੀ ਸੀ, ਫਿਰ ਉਹ ਬੱਸ ਲੈ ਕੇ ਇੱਥੇ ਤੱਕ ਆ ਗਿਆ ਮੈਂ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਬੱਸ ਸਟੈਂਡ ਰੇਲਵੇ ਸਟੇਸ਼ਨ ਪੋਲੋ ਗਰਾਊਂਡ, ਸਮਾਣਾ, ਸੰਗਰੂਰ। ਵਾਹਿਗੁਰੂ। ਗੁਰੂ ਸਿੰਘ ਸਭਾ ਗੁਰਦੁਆਰਾ। ਲਓ ਜੀ ਬਾਈ ਵੀ ਲੈਣ ਆ ਗਿਆ ਆਪਾਂ ਨੂੰ। ਲੈ ਬਈ ਚੱਕ ਬਾਬੇ, ਅਮਰੀਕਾ ਵਾਲਿਆ ਤੇਰੀ ਗੱਡੀ ਖੜੀ 5560 ਨੰਬਰ। ਮੈਂ ਵੀ ਆਹ ਨੰਬਰ ਲੈਣਾ ਸੀ ਗੱਡੀ ਦਾ, ਬਟ ਮਿਲਿਆ ਨਹੀਂ ਆਪਾਂ ਨੂੰ। ਪਹੁੰਚ ਗਏ ਪਟਿਆਲੇ। ਲੈ ਚੱਕ ਆਣੀ ਤੇਰਾ ਘਰ ਪਟਿਆਲੇ ਵਾਲਾ, ਬਹੁਤ ਸੋਹਣਾ ਘਰ ਹੈ। ਚਾਬੀ ਮਿਲ ਗਈ ਆਪਾਂ ਨੂੰ ਘਰੇ। ਬਸ ਮੈਪ ਆਹੀ ਐਪ, ਸਿੱਧਾ ਸਿੱਧਾ ਜਾਣਾ। ਹਾਂਜੀ ਹਾਂਜੀ। ਲਓ ਜੀ ਗੱਡੀ ਗਰਮ ਲਾਤੀ ਆਪਾਂ, ਥੋੜ੍ਹੀ ਜਿਹੀ ਗਰਮ ਹੋ ਜਾਏ, ਠੰਡੀ ਹੋ ਜਾਏ ਨਾਲੇ, ਫਿਰ ਚੱਲਦੇ। ਠੀਕ ਹੈ ਭਾਜੀ। ਲਓ ਜੀ ਬਾਈ ਨੇ ਬਹੁਤ ਸੇਵਾ ਕੀਤੀ, ਆਪਣੀ ਬ੍ਰੇਕਫਾਸਟ ਵੀ ਕਰਾਤਾ ਆਪਾਂ ਨੂੰ ਅਤੇ ਛੱਡ ਵੀ ਗਿਆ ਇੰਨੀ ਦੂਰੋਂ। ਅਤੇ ਆ ਘਰ ਹਨੀਕਾ, ਹਨੀ ਦੇ ਸਹੁਰੇ, ਅਤੇ ਆਪ ਅੰਕਲ ਆਂਟੀ ਹੈ ਨਹੀਂ, ਉਹ ਵਿਚਾਰੇ ਕਹਿੰਦੇ ਕਹਿੰਦੇ ਅਸੀਂ ਤੁਹਾਡੀ ਸੇਵਾ ਨਹੀਂ ਕਰ ਸਕੇ। ਮੈਂ ਕੋਈ ਨਹੀਂ ਜੀ, ਸੇਵਾ ਤਾਂ ਕੀ ਆ। ਚਲੋ ਉਹ ਤੇਰੀ ਓਏ, ਇੰਨੀ ਗਰਮ ਅੰਦਰੋਂ। ਹੋ ਮਸਾ ਗੇਟ ਖੋਲਿਆ ਉਹਨਾਂ ਨੇ। ਟਾਈਮ ਹੋ ਗਿਆ 9:48, 9:48 ਹੋ ਗਏ ਅਤੇ ਹੁਣ ਚੱਲਣ ਲੱਗੇ ਆਪਾਂ ਪਟਿਆਲੇ ਤੋਂ ਸਿੱਧਾ ਬਠਿੰਡਾ, ਇਕੱਲੇ ਇਕੱਲੇ। ਅਤੇ ਆ ਗੱਡੀ ਹੁਣ ਹੋਰ ਵਜੇ ਲੱਗਦੀ ਹੈ, ਵਿਚਾਰੀ ਨੀਵੀਂ ਲੱਗਦੀ ਹੈ ਆਪਣੇ ਵਾਲੀ ਨਾਲ, ਬਹੁਤ ਫਰਕ ਆ ਨਾ। ਥੋੜ੍ਹਾ ਹੋਰ ਵਜੇ ਲੱਗਦਾ ਹੁਣ, ਥੋੜ੍ਹਾ ਟਾਈਮ ਲੱਗੂਗਾ 10-15 ਮਿੰਟ, ਫਿਰ ਤਾਂ ਬਸ ਖਿੱਚਦੇ ਜਾਵਾਂਗੇ। ਤੇਲ ਹੈਗਾ, ਤੇਲ ਚੈੱਕ ਕਰ ਲਈਏ ਭਾਈ, ਤੇਲ ਤੂਲ ਹੈਗਾ। ਵੱਜਦੇ ਟਰਾਂਸਪੋਰਟੀਏ, ਕਿਆ ਬਾਤ ਆ। ਬਾਈ ਨੇ ਟਰਾਲਾ ਹੀ ਲਾ ਰੱਖਿਆ, ਟਰਾਲਾ ਹੀ ਚਲਾਉਂਦਾ, ਟਰਾਲਾ ਹੀ ਲਾ ਰੱਖਿਆ। ਮੇਰਾ ਡੈੱਕ ਡੁੱਕ ਚੱਲਦਾ ਹੀ ਨਹੀਂ ਉਹ ਜੀ, ਟਾਈਮ ਪਾਸ ਕਿਵੇਂ ਹੋਊਗਾ ਮੇਰਾ, ਡੈੱਕ ਤਾਂ ਬੰਦ ਹੋਇਆ ਪਿਆ। ਲਾ ਜੀ ਗਾਣੇ ਵੀ ਚਲਾ ਲਏ ਆਪਾਂ, ਮੱਥਾ ਮਾਰ ਕੇ ਡੈੱਕ ਚਾਲੀ ਪਿਆ, ਟਾਈਮ ਪਾਸ ਹੁੰਦਾ ਜਾਊਗਾ ਵਧੀਆ। 3 ਘੰਟੇ ਦਾ ਰਾਹ,
ਲਓ ਜੀ ਬਾਰ ਬਾਰ ਆ ਕੇ ਬਠਿੰਡਾ ਹੈਗਾ ਆਪਾਂ ਇੱਥੋਂ ਪੂਰਾ 200 ਕਿਲੋਮੀਟਰ 200 ਕਿਲੋਮੀਟਰ ਨਹਿਰਾਂ ਆ ਗਈਆਂ ਜੀ ਨਹਿਰਾਂ ਪਟਿਆਲੇ ਵਾਲੀ ਨਹਿਰਾਂ ਆ ਗਈਆਂ ਕਹਿੰਦੇ ਨੀਲਾ ਨੀਲਾ ਪਾਣੀ ਆ ਗਿਆ ਕੌਣ ਆ ਗਿਆ ਨੀਲਾ ਨੀਲਾ ਪਾਣੀ ਨੀਲਾ ਨੀਲਾ ਪਾਣੀ ਨੀਲਾ ਨੀਲਾ ਪਾਣੀ ਇੱਥੇ ਤਾਰਤਾ ਸੀ ਬੱਸ ਨੇ ਮੈਨੂੰ ਮਰਸਰੀਜ਼ ਬੱਸ ਸੀ ਜਿਹੜੀ ਬਠਿੰਡੇ ਤੋਂ ਸਿੱਧੀ ਆਈ ਸੀਗੀ ਉਹਨਾਂ ਨੇ ਆਹ ਚੌਂਕ 'ਚ ਤਾਰਤਾ ਸੀ ਉਹ ਸ਼ਹਿਰ ਦੇ ਅੰਦਰ ਨਹੀਂ ਵੜੀ ਅਤੇ ਇੱਥੇ ਦੂਜੀ ਬੱਸ ਖੜ੍ਹੀ ਸੀਗੀ ਨਾਲ ਦੀ ਨਾਲ ਹੀ ਉਹ ਲੈ ਲਈ ਆਪਾਂ 10 ਰੁਪਏ ਦੇ ਕੇ ਉੱਥੇ ਪਹੁੰਚ ਗਏ ਕਹਿੰਦੇ ਕਹਿੰਦੇ ਬਠਿੰਡੇ ਵਾਲੀ ਸੜਕ 'ਤੇ ਵੜ ਗਏ ਹੁਣ ਬਸ ਸਿੱਧਾ ਹੀ ਜਾਣਾ 3 ਘੰਟੇ ਕਿਤੇ ਨਹੀਂ ਮੁੜਨਾ ਆਪਾਂ ਆਪਣੇ ਨਾਲ ਦਾ ਝੋਟਾ ਜਾਂਦਾ ਉਹ ਮੂਰੇ ਕਾਲੇ ਰੰਗ ਦਾ ਆਹ ਭਗਤ ਬਹੁਤ ਜਾ ਰਹੇ ਆ ਮਹਾਦੇਵ ਜੀ ਦੇ ਪੈਦਲ ਯਾਤਰਾ ਕਰ ਰਹੇ ਆ ਨਾਲੇ ਪਿੱਛੇ ਵੀ ਬਹੁਤ ਨੰਗੇ ਸੀਗੇ ਆਹ ਦੇਖੋ ਬਹੁਤ ਜਾਣੇ ਆ ਪੈਦਲ ਆ ਨਾਲੇ ਸਾਰਿਆਂ ਦੇ ਪੈਰਾਂ 'ਚ ਗਰਮ ਪੱਟੀ ਬੰਨੀ ਹੋਈ ਹੈ ਹਰ ਹਰ ਮਹਾਦੇਵ ਅਤੇ ਇੱਧਰ ਫੁੱਟਪਾਥ ਗੱਲਬਾਤ ਹੀ ਘੈਂਟ ਬਣਾਈ ਪਈ ਹੈ ਪਿੰਕ ਪਿੰਕ ਫਲਾਵਰ ਹੀ ਲਾਏ ਪਏ ਹੈ ਕਿੱਡੇ ਸੋਹਣੇ ਲੱਗਦੇ ਹੈ ਲਓ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਲੌਗ ਤਾਂ ਸਾਡਾ ਇਦੋਂ ਪਹਿਲਾਂ ਸਟਾਰਟ ਹੋ ਚੁੱਕਿਆ ਅਸੀਂ ਤਾਂ ਅਸੀਂ ਘਰ ਤੋਂ ਕਰ ਰਹੇ ਹਾਂ ਸੁਬਹਾ ਸ਼ਾਇਦ ਜਨਾਬ ਜੀ ਨੇ ਪਤਾ ਨਹੀਂ ਕਿੰਨੇ ਵਜੇ ਸ਼ੁਰੂ ਕਰਤਾ ਹੋਊਗਾ ਕਿਉਂਕਿ ਅੱਜ ਪਾਪਾ ਗਏ ਹਾਂ ਸੈਬੂ ਹਜੇ ਸੁੱਤਾ ਨਹੀਂ ਉੱਠਿਆ ਦੇਖੋ ਐਵੇਂ ਸੁੱਤਾ ਨਟੰਕੀਬਾਜ਼ ਹੱਥ 'ਚ ਰਿਮੋਟ ਲੈ ਕੇ ਗਾਈ ਜੇ ਜਾਗਦਾ ਟੀ ਵੀ ਦੇਖ ਰਿਹਾ ਸੀਗਾ ਅਤੇ ਹੁਣ ਇਹ ਐਕਟਿੰਗ ਕਰਨ ਲੱਗ ਗਿਆ ਗੁੱਡ ਮਾਰਨਿੰਗ ਅਤੇ ਗਾਈਜ਼ ਟਾਈਮ ਹੋ ਗਿਆ 10:30 ਦਾ ਅਤੇ ਆਪਾਂ ਅੱਜ ਉੱਠੇ ਸੀ ਸੰਡੇ ਸੀ 9 ਵਜੇ ਅਤੇ 9 ਵਜੇ ਆਪਾਂ ਉੱਠ ਕੇ ਬੈੱਡ ਸ਼ੀਟਾਂ ਬਦਲੀਆਂ ਸਭ ਤੋਂ ਪਹਿਲਾਂ ਕੱਪੜੇ ਕੁੱਪੜੇ ਚੱਕੇ ਸਾਰੇ ਕੱਪੜੇ ਸੁੱਕਣੇ ਪਾਏ ਬਾਹਰ ਮੈਂ ਦੱਸਦੀ ਹਾਂ ਫਿਰ ਮੈਂ ਬ੍ਰੇਕਫਾਸਟ ਰੈਡੀ ਕੀਤਾ ਬ੍ਰੇਕਫਾਸਟ ਕਰਕੇ ਨਹਾ ਧੋ ਕੇ ਅਸੀਂ ਰੈਡੀ ਹਾਂ ਸਾਰੇ ਜਾਣੇ ਨਹਾ ਧੋ ਕੇ ਰੈਡੀ ਹਾਂ ਕਿਉਂਕਿ ਹੁਣ ਆਪਾਂ ਗੁਨੂੰ ਨੂੰ ਚੱਲੇ ਹਾਂ ਟਿਊਸ਼ਨ ਛੱਡਣ ਦੱਸੋ ਅੱਜ ਇਹਨਾਂ ਦਾ ਪਾਪਾ ਕਰ ਰਿਹਾ ਮਰਸਰੀ ਬੱਸ ਦਾ ਸਫ਼ਰ ਮਰਸਰੀ 'ਚ ਘੁੰਮ ਰਿਹਾ ਮਰਸਰੀ 'ਚ ਪਾਪਾ ਦਿਖਾਉਣਗੇ ਆ ਕੇ ਪਾਪਾ ਦਿਖਾਉਣਗੇ ਜੇ ਵੀਡੀਓ ਬਣਾ ਕੇ ਲਈ ਤਾਂ ਕਦੇ ਬੱਸ 'ਚ ਹੀ ਨਹੀਂ ਬੈਠੇ ਇਹਨਾਂ ਨੂੰ ਨਾ ਮਰਸਰੀ ਬੱਸ ਦਾ ਪਤਾ ਕਰਾਵਾਂਗੇ ਤੁਹਾਨੂੰ ਜੀ ਬੱਸ ਦਾ ਸਫ਼ਰ ਵੀ ਕੁੰਨੂ ਨੇ ਤਾਂ ਕੀਤਾ ਛੋਟੀ ਹੁੰਦੀ ਨੇ ਇੱਕ ਵਾਰੀ ਮੇਰੇ ਨਾਲ ਗਈ ਸੀਗੀ ਅਤੇ ਪਰ ਬਹੁਤ ਛੋਟੀ ਸੀਗੀ ਉਦੋਂ ਇਹਨੂੰ ਪਤਾ ਨਹੀਂ ਸੀ ਇੰਨਾ ਸੈਬੂ ਨੇ ਤਾਂ ਕਦੇ ਵੀ ਨਹੀਂ ਕੀਤਾ ਥੋੜ੍ਹੇ ਸੈਬੂ ਟ੍ਰੇਨ 'ਚ ਪਹਿਲੀ ਵਾਰੀ ਗਿਆ ਸੀਗਾ ਅਤੇ ਗੁੰਨੂ 2 ਵਾਰੀ 'ਚ ਆਇਆ ਸੀ ਉਦੋਂ ਛੋਟੀ ਹੁੰਦੀ ਉਦੋਂ ਤੈਨੂੰ ਪਤਾ ਹੀ ਨਹੀਂ ਸੀ ਉਦੋਂ ਤਾਂ ਗੂੰਗੀ ਜੀ ਤੋਂ 6 ਮਹੀਨੇ ਵਾਲੀ ਸੀ ਪਹਿਲੀ ਵਾਰ ਗਈ ਸੀ ਜਦੋਂ ਅਤੇ ਬੱਸ 'ਚ ਵੀ ਜਦੋਂ ਗਈ ਹੈ ਸਾਲ ਕਦੀ ਸੀਗੀ ਉਦੋਂ ਵੀ ਨਹੀਂ ਪਤਾ ਇਹਨੂੰ ਇਹਨਾਂ ਨੂੰ ਬੱਸ ਦਾ ਸਫ਼ਰ ਵੀ ਜਲਦੀ ਕਰਾਵਾਂਗੇ ਆਪਾਂ ਉਹ ਵੀ ਮਰਸੀ ਬੱਸ ਦਾ ਦੱਸਿਓ ਗਾਈ ਜਿਹਨੇ ਜਿਹਨੇ ਕੀਤਾ ਅਤੇ ਕਿੱਦਾਂ ਦਾ ਹੁੰਦਾ ਬੱਸ ਦਾ ਸਫ਼ਰ ਮਾਸੀ ਬੱਸ ਨਹੀਂ ਸਾਰੀਆਂ ਮਾਸੀਆਂ ਦੀ ਇੱਕ ਬੱਸ ਸੈਬੂ ਕਹਿੰਦਾ ਕਰਾ ਦਿਓ ਹੈ ਨਾ ਸਾਰੀਆਂ ਮਾਸੀਆਂ ਦੀ ਮਸੜੀ ਨਹੀਂ ਮਾਸੀ ਬੱਸ ਮਾਸੀ ਬੱਸ 'ਚ ਕਰਾਵਾਂਗੇ ਜੀ ਇਹਨਾਂ ਨੂੰ ਸਫ਼ਰ ਬੱਚੇ ਕਹਿੰਦੇ ਕਰਨਾ ਮਾਸੀ ਬੱਸ 'ਚ ਸਫ਼ਰ ਪਾਪਾ ਇਕੱਲਾ ਇਕੱਲਾ ਘੁੰਮਿਆ ਆਇਆ ਮਾਸੀ ਬੱਸ 'ਚ ਮਾਸੀ ਬੱਸ ਕਰ ਦੇਣੀ ਅਸੀਂ ਫੇਮਸ ਹੁਣ ਠੀਕ ਹੈ ਕਹਿੰਦੇ ਪਾਪਾ ਇਕੱਲਾ ਇਕੱਲਾ ਘੁੰਮਿਆ ਆਇਆ ਮਾਸੀ ਬੱਸ
ਮਾਸੀ 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 ਹੋ ਗਈ ਜੀ ਮਾਸੀ 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 ਬੱਸ ਜੀ ਹੁਣ ਸਾਡੀ ਤਾਂ ਮਾਸੀ ਬੱਸ ਹੀ ਆ ਜੀ ਠੀਕ ਹੈ ਆਪਾਂ ਹੁਣ ਮਾਸੀ ਬੱਸ 'ਚ ਜਾਇਆ ਕਰਨਾ ਜਿੱਥੇ ਵੀ ਜਾਇਆ ਕਰਨਾ ਅਤੇ ਹੁਣ ਆਪਾਂ ਗੁਨੂੰ ਨੂੰ ਛੱਡਿਆ ਹੀ ਹੈ ਟਿਊਸ਼ਨ ਫਿਰ ਆਪਾਂ ਮਿਲਦੇ ਹਾਂ ਅਤੇ ਜਨਾਬ ਜੀ ਵੀ ਆ ਜਾਣਗੇ ਜਲਦੀ ਦੁਪਹਿਰ ਤੱਕ ਆ ਜਾਣਗੇ ਅਤੇ ਚਲੋ ਗੁਨੂੰ ਮੈਡਮ ਗਾਇਸ ਹੁਣ ਆਪਾਂ ਚੱਲਦੇ ਟਿਊਸ਼ਨ ਰੈਡੀ ਹੋ ਗਏ ਸੀ ਆਪਾਂ ਮੰਮਾ ਛੱਡਣ ਚੱਲਿਆ ਐਕਟੀਵਾ 'ਚ ਜਾਵਾਂਗੇ ਆਪਾਂ ਅੱਜ ਕਿਉਂਕਿ ਪਾਪਾ ਤਾਂ ਹੈ ਹੀ ਨਹੀਂ ਪਾਪਾ ਗਏ ਹੋਏ ਆ ਮੇਰਾ ਬੈਗ ਫੜੋ ਚਲੋ ਜੀ ਗਾਇਸ ਚੱਲਦੇ ਹਾਂ ਹਾਂਜੀ ਕਿਆ ਬਾਤਾਂ ਜੀ ਕਿਆ ਬਾਤਾਂ ਰਾਈਡਰ ਜਾ ਰਿਹਾ ਰਾਈਡਰ ਫੇਵਰੇਟ ਬਾਈਕ ਹਾਰਲੇ ਤੇ ਉਹ ਦੂਜੇ ਆ ਰਹੀ ਹੈ ਫੇਵਰੇਟ ਬਾਈਕ ਮੇਰੀ ਹਾਇਆਬੂਸਾ ਉਹ ਕਿਆ ਬਾਤ ਹੈ ਨਵੀਂ ਹੈ ਨਵੀਂ ਹਾਇਆਬੂਸਾ ਕਿਆ ਬਾਤ ਹੈ ਜੀ ਕਿਆ ਬਾਤ ਹੈ ਬਹੁਤ ਜਲਦ ਬਹੁਤ ਜਲਦ ਟਾਕਾ ਪਾਵਾਂਗੇ ਆਪਾਂ ਵੀ ਕਿਆ ਬਾਤ ਬਾਈਕ ਦਾ ਬਹੁਤ ਸ਼ੌਂਕ ਹੈ ਘਰੋਂ ਮੂੰਹ ਬੰਨ ਕੇ ਆਉਂਦੀ ਹੈ ਇੱਥੇ ਆ ਕੇ ਬੈਗ 'ਚ ਪਾ ਦਿੰਦੀ ਹੈ ਪਹੁੰਚ ਗਏ ਜੀ ਅਸੀਂ ਪਹੁੰਚ ਗਏ ਗੁਨੂੰ ਦੀ ਟਿਊਸ਼ਨ 'ਤੇ 10:50 'ਤੇ 10 ਮਿੰਟਾਂ 'ਚ ਆ ਗਏ ਜਾ ਵੜੇਂਗੀ ਬਾਏ ਬਾਏ ਹਾਏ ਆ ਜਾਓ ਕਹਿੰਦੇ ਭਈਆ ਹਜੇ ਸਫਾਈਆਂ ਹੀ ਕਰ ਰਿਹਾ ਹੈਲੋ ਟੀਵੀ ਤੇ ਬੈਠਾ ਹਜੇ ਬਾਦਸ਼ਾਹ ਜੀ ਥੋੜਾ ਚਿਰ ਕੀ ਕੀਤਾ ਸੀ ਥੋੜਾ ਚਿਰ ਖੇਡਿਆ ਸੀ ਕੀ ਖਾਧਾ ਸੀ ਇੰਨੀ ਛੇਤੀ ਭੁੱਖ ਵੀ ਲੱਗੇ ਗਾਈਜ਼ ਆਪਾਂ ਆ ਗਏ ਘਰੇ 11:15 ਹੋ ਗਏ ਬਹੁਤ ਗਰਮੀ ਸੀਗੀ ਸੈਬੂ ਬਹੁਤ ਗਰਮੀ ਸੀ ਸੈਬੂ ਬਹੁਤ ਗਰਮੀ ਸੀ ਸੈਬੂ ਬਹੁਤ ਗਰਮੀ ਸੀ ਸੈਬੂ ਤੂੰ ਕਹਿੰਦਾ ਸੀ ਮੈਂ ਵੀ ਨਾਲ ਜਾਣਾ ਇੱਥੇ ਤਾਂ ਬੈਠਾ ਪੱਖੇ ਥੱਲੇ ਏ ਸੀ ਥੱਲੇ ਬਸ ਆਹ ਪੁੱਠਾ ਸਿੱਧਾ ਹੁੰਦਾ ਰਹੂਗਾ ਟੇਕ ਕੇ ਨਹੀਂ ਬਹਿ ਸਕਦਾ ਹੈ ਪਾਪਾ ਦਾ ਫੋਨ ਆਇਆ ਸੀ ਨਹੀਂ ਆਇਆ ਚੱਲ ਪੁੱਛੀਏ ਫਿਰ ਪਾਪਾ ਨੂੰ ਕਿੱਥੇ ਪਹੁੰਚ ਗਏ ਪੁੱਛੋ ਲਓ ਜੀ ਪਹਿਲਾਂ ਸਟੋਪ ਲੈ ਲਿਆ ਆਪਾਂ ਪਹਿਲਾਂ ਅਤੇ ਆਖਿਰਲਾ ਹੰਡਿਆਏ ਪਹੁੰਚ ਗਏ ਮੈਂ ਕਿਹਾ ਮੂੰਹ ਜਾਂ ਧੋਲੀਏ ਬਰਨਾਲੇ ਅਤੇ ਨੀਂਦ ਜੀ ਆਈ ਜਾਂਦੀ ਸੀਗੇ 2 ਮਿੰਟ ਫਰੈਸ਼ ਹੋ ਜਾਵਾਂਗੇ ਨਾਲੇ ਠੰਡਾ ਠੰਡਾ ਪੀ ਲਈਏ ਆਲਵੇਜ਼ ਫੇਵਰੇਟ ਢਾਬਾ ਸਾਡਾ ਸਟਾਰ ਡੈਮਨ ਢਾਬਾ ਆਈ ਲਵ ਸਟਾਰ ਡੈਮਨ ਢਾਬਾ ਇੱਥੇ ਅਸੀਂ ਰੋਕ ਕੇ ਜਾਂਦੇ ਹੁੰਦੇ ਹਾਂ ਲੰਗਰ ਪਾਣੀ ਇੱਥੇ ਛਕਦੇ ਹੁੰਦੇ ਹਾਂ ਜਦੋਂ ਅੱਗੇ ਜਾਂਦੇ ਹਾਂ ਨਾ ਪਟਿਆਲਾ ਚੰਡੀਗੜ੍ਹ ਇੱਧਰ ਬਰਨਾਲਾ ਵਗੈਰਾ ਉਦੋਂ ਰੋਟੀ ਪਾਣੀ ਇੱਥੇ ਛੱਕ ਕੇ ਜਾਈਦਾ ਹੁਣ ਦੀ ਆਪਣੀ ਸਾਥ ਨੇ ਇਹ ਆ ਹੁਣ ਲਓ ਜੀ ਬਠਿੰਡੇ ਪਹੁੰਚ ਗਏ ਪਿੱਛੇ ਤਾਂ ਧੁੱਪ ਸੀਗੀ ਬਠਿੰਡੇ ਐਂਟਰ ਕੀਤੇ ਤਾਂ ਬੱਦਲ ਹੋਏ ਪਏ ਕਹਿੰਦੇ ਕਾਲੇ ਕਾਲੇ ਬੱਦਲ ਹੋਏ ਪਏ ਆ ਪਿੱਛੇ ਧੁੱਪ ਆ ਹਜੇ ਕਿਲੋਮੀਟਰ ਪਿੱਛੇ ਧੁੱਪ ਸੀਗੀ 9:40 'ਤੇ ਤੁਰੇ ਸੀਗੇ 12:15 12:11 ਹੋ ਗਏ 15 'ਤੇ ਘਰੇ ਪਹੁੰਚ ਜਾਵਾਂਗੇ 12:15 ਘਰੇ ਪਹੁੰਚ ਜਾਵਾਂਗੇ ਜੀ ਬਠਿੰਡੇ ਪਹੁੰਚ ਗਏ ਬਠਿੰਡੇ
ਬਾਲਾ 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 ਬੱਲਾ 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 ਪਹੁੰਚ ਗਏ ਘਰੇ। ਚੱਲ ਮੇਰੇ ਭਾਈ ਚਲੋ ਜੀ ਚਲੋ। ਟਰੱਕ ਹੀ ਟਰੱਕ ਟਰੱਕ ਹੀ ਟਰੱਕ ਸੜਕ ਬਣੀ ਜਾਂਦੀ ਹੈ ਨਾ ਨਵੀਂ ਆਪਣੇ ਪਿਛਲੇ ਪਾਸੇ ਘਰ ਵਾਲੀ। ਕਿਆ ਬਾਤਾਂ ਜੀ, ਪਹੁੰਚ ਗਏ ਘਰੇ ਪਹੁੰਚ ਗਏ ਘਰੇ ਪਹੁੰਚ ਗਏ। ਲੱਗੀ ਲੋਕ ਲੱਗੀ ਲੋਕ, ਦੋ ਦੋ ਗੱਡੀਆਂ ਖੜੀਆਂ ਕਰਤੀਆਂ ਘਰੇ, ਦੋ ਦੋ ਗੱਡੀਆਂ ਖੜੀਆਂ ਕਰਤੀਆਂ। ਲਓ ਜੀ ਗਾਈਸ, ਹੋ ਗਿਆ 3 ਵਜਣ ਵਾਲਿਆ ਟਾਈਮ, ਅਤੇ ਜਨਾਬ ਜੀ ਆ ਗਏ ਸੀਗੇ, ਥੋੜ੍ਹਾ ਚਿਰ ਰੈਸਟ ਕੀਤੀ ਅਤੇ ਹੁਣ ਆਪਾਂ ਚੱਲੇ ਹਾਂ ਗੁੰਨੂ ਨੂੰ ਲੈਣ। ਬਹੁਤ ਸੋਹਣਾ ਵੈਦਰ ਹੋਇਆ ਪਿਆ ਬਾਹਰ, ਮੀਂਹ ਮੀਂਹ ਮੀਂਹ, ਓ ਮਾਈ ਗੋਡ। ਸਾਡੀ ਦੂਜੀ ਗੱਡੀ ਆ ਗਈ ਜੀ, ਇੱਕ ਦਿਨ ਪੂਰੀ ਗਲੀ ਰੋਕ ਦੇਣੀ ਆ ਗੱਡੀਆਂ ਨਾਲ। ਓਏ ਇਹ ਕਿਆ ਹੋ ਗਿਆ ਸੈਬੂ, ਮੀਂਹ ਪੈਣਾ ਸਟਾਰਟ ਹੋ। ਗੁੰਨੂ ਕਹਿੰਦੇ, ਗੁੰਨੂ ਦਾ ਫੋਨ ਆਇਆ, ਕਹਿੰਦੀ ਉੱਧਰ ਬਹੁਤ ਮੀਂਹ ਪਈ ਜਾਂਦਾ, ਬਹੁਤ ਤੇਜ਼ ਆ ਬਹੁਤ ਤੇਜ਼ ਆ ਕਹਿੰਦੇ ਮੀਂਹ। ਚਲੋ ਲਓ ਜੀ, ਆਪਾਂ ਗੁੰਨੂ ਨੂੰ ਲੈ ਕੇ ਆਉਂਦੇ ਹਾਂ ਆਪਣੀ ਨਿਊ ਗੱਡੀ 'ਤੇ। ਚਲੋ ਚਲੋ ਚਲੋ, ਤੁਹਾਨੂੰ ਵੀ ਦਿਖਾਉਂਦੇ ਹਾਂ ਕਿ ਕਿੱਧਰਲੀ ਸਾਈਡ ਮੀਂਹ ਹੈਗਾ, ਕਿੱਧਰਲੀ ਸਾਈਡ ਹੈ ਨਹੀਂ। ਆਪਣੇ ਫੇਸ 3 'ਚ ਤਾਂ ਮੀਂਹ ਹੈ ਨਹੀਂ ਗਾ, ਅਤੇ ਅੱਗੇ ਦੇਖਦੇ ਹਾਂ। ਆ ਗਿਆ ਮੀਂਹ ਆ ਗਿਆ, ਦੇਖੋ ਕਣੀਆਂ ਡਿੱਗਣ ਲੱਗ ਗਈਆਂ, ਭੱਜ ਕੇ ਬਹਿੰਦੇ ਹਾਂ ਗੱਡੀ 'ਚ। ਆਹ ਦੇਖੋ ਸ਼ੀਸ਼ੇ 'ਤੇ ਦਿਖ ਰਿਹਾ ਨਾ, ਮੀਂਹ ਪੈਣ ਲੱਗ ਗਿਆ। ਚਾਚੂ ਦਾ ਇਹ ਲਓ ਜੀ, ਆਪਣੇ ਵੀ ਇੱਥੇ 3 ਮਿੰਟ ਸਟਾਰਟ ਹੋ ਗਈ, ਅਤੇ ਤੇਜ਼ ਮੀਂਹ ਕਿੱਥੇ ਆ ਉਹ ਤੁਹਾਨੂੰ ਚੱਲ ਕੇ ਦਿਖਾਉਂਦੇ ਹਾਂ। ਚਲੋ ਸਾਡੇ ਨਾਲ ਕਰੋ ਮੀਂਹ ਦੀ ਸੈਰ, ਕਿੰਨੀ ਨੀਵੀਂ ਲੱਗਦੀ ਅੱਜ, ਥੱਲੇ ਲੱਗ ਗਿਆ ਐਂ ਲੱਗਦਾ ਹੁੰਦਾ। ਕਿਵੇਂ ਦੇਖੋ, ਇੱਥੇ ਸੜਕ ਗਿੱਲੀ ਹੈ, ਪਿੱਛੇ ਆਪਣੇ ਘਰ ਕੋਲ ਸੁੱਕੀ ਸੀਗੀ, ਹਜੇ ਆਪਾਂ ਥੋੜ੍ਹੀ ਜਿਹੀ ਦੂਰੀ ਆਏ ਹਾਂ, ਮੀਨਜ਼ ਆਪਣਾ ਠਾਣਾ ਹੀ ਕ੍ਰੋਸ ਕੀਤੀਆਂ, ਅਤੇ ਸੜਕ ਇੱਧਰ ਮੀਂਹ ਪੈ ਹਟਿਆ, ਗਿੱਲੀ ਗਿੱਲੀ ਪਈ ਹੈ। ਲੋ ਦੇਖੋ ਇਹ ਤੋਂ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਬਠਿੰਡੇ ਦੇ ਰੰਗ, ਦੇਖੋ ਬਠਿੰਡਾ ਸਾਡਾ ਰੰਗ ਬਦਲਦਾ, ਸਾਡੇ ਏਰੀਏ 'ਚ ਆ ਨਹੀਂ ਰਿਹਾ, ਪਤਾ ਨਹੀਂ ਕੀ। ਹਾਂ ਅੱਗੇ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ, ਉੱਧਰ ਤੇਜ਼ ਦੇਖੋ ਕਿੰਨਾ ਮੀਂਹ, ਉੱਧਰਲੀ ਸੜਕ 'ਤੇ ਪੈ ਰਿਹਾ ਸਾਈਡ 'ਤੇ, ਇੱਧਰ ਦੇਖੋ ਇੱਧਰ ਹੈ ਨਹੀਂ ਗਾ, ਜੇ ਆਪਾਂ ਸਾਹਮਣੇ ਸੜਕ 'ਤੇ ਜਾਂਦੇ ਤਾਂ ਪੂਰਾ ਤੇਜ਼ ਹੋਣਾ ਸੀ ਮੀਂਹ। ਕਿਆ ਹੀ ਬਾਤਾਂ, ਕਿਆ ਹੀ ਬਾਤਾਂ ਬਠਿੰਡੇ ਦੀਆਂ, ਕਿਆ ਹੀ ਬਾਤਾਂ ਹੋ ਗਈਆਂ। ਸੈਬੂ ਗਾਇਬ ਹੋ ਗਿਆ, ਸੈਬੂ ਨੂੰ ਰਾਹ 'ਚ ਤਾਰਿਆ ਆਉਂਦਾ, ਕਹਿੰਦਾ ਮੈਂ ਮੀਂਹ 'ਚ ਨਹਾਉਣਾ। ਉਹ ਦੇਖ ਲਓ ਇੱਧਰ ਤੇਜ਼ ਹੋ ਗਿਆ, ਦੇਖੋ ਮੀਂਹ ਪਿੱਛੇ ਹੈ ਨਹੀਂ ਸੀ ਨਾ, ਇਹ ਹੈਗਾ ਮਹੇਸ਼ਵਰੀ ਚੌਂਕ 'ਚ ਆ ਕੇ, ਦੇਖੋ ਮੀਂਹ ਤੇਜ਼ ਹੋ ਗਿਆ, ਪਾਣੀ ਵੀ ਖੜਾ ਇੱਥੇ ਤਾਂ, ਪਹਿਲਾਂ ਵੀ ਪਿਆ ਲੱਗਦਾ ਆਪਣੇ, ਮਾੜਾ ਜਿਹਾ ਵੀ ਨਹੀਂ, ਬੂੰਦ ਬੂੰਦ ਜੀ ਦੋ ਕੁ ਡਿੱਗੀਆਂ ਸੀ ਬਸ। ਹਾਂ ਕਵਾਂਗੇ ਸੈਬੂ ਆਇਆ ਨੀ ਹੈ। ਇੱਧਰ ਦੇਖ, ਓ ਭਾਈ ਤੁਸੀਂ ਮਨਾਓ, ਤੁਸੀਂ
ਪਹੁੰਚ ਗਏ ਆਪਾਂ ਗੁੰਨੂ ਕੋਲੇ ਹਾਲੇ ਕਿ ਤਾਂ ਪਹੁੰਚ ਗਏ ਗੁੰਨੂ ਉਹ ਤੇਰੀ ਉਹ ਤੇਰੀ ਉਹ ਤੇਰੀ ਅੱਜ ਤਾਂ ਉੱਚੀ ਗੱਡੀ ਲੈ ਕੇ ਆਉਣੀ ਸੀ ਬਾਬੂ ਇਹ ਜਾਂ ਪੇ ਤੋ ਇਤਨਾ ਮੀਂਹ ਪੈ ਗਿਆ ਲੈ ਤਾਂ ਹੀ ਗੁੰਨੂ ਤਾਂ ਕਹਿੰਦੀ ਤਾਂ ਬਹੁਤ ਤੇਜ਼ ਮੀਂਹ ਆ ਆਪਣੇ ਤਾਂ ਹੈ ਹੀ ਨਹੀਂ ਗਾ ਬਠਿੰਡੇ ਦਾ ਹਾਲ ਹੈ ਅੱਧੇ ਬਠਿੰਡੇ ਦਾ ਹਾਲ ਆ ਤਾਰ ਦੀਏ ਗੰਦੇ ਪਾਣੀ ਚ ਨਹਾਉਣਾ ਦੇਖੋ ਉੱਪਰ ਫੁੱਟਪਾਥ ਦੇ ਨਾਲ ਤੱਕ ਆਇਆ ਪਿਆ ਪੂਰੀ ਸੜਕ ਤੇ ਸੀਗਾ ਇਹ ਸੜਕ ਨੀਵੀਂ ਉਹ ਦੇਖੋ ਭਾਈ ਗੋਡਿਆਂ ਗੋਡਿਆਂ ਤੱਕ ਡੁੱਬ ਗਏ ਵਿਚਾਰੇ ਦੇਖੋ ਗਾਈਸ ਪੋਲ ਵਾਲਾ ਪਾਣੀ ਸਾਰਾ ਥੱਲੇ ਹੋ ਗਿਆ ਹਾਂ ਉਹ ਤਾਂ ਬੰਦ ਹੋ ਗਿਆ ਸੁਬਹਾ ਤਾਂ ਹਜੇ ਸੁੱਕਾ ਸੀਗਾ ਮੈਂ ਗੁੰਨੂ ਕਿਹਾ ਗੁੰਨੂ ਜੇ ਪਾਣੀ ਖੜਾ ਹੋਇਆ ਤਾਂ ਆਪਾਂ ਵਿੱਚ ਡੁੱਬ ਜਾਵਾਂਗੇ ਆਂਟੀ ਦੀ ਐਕਟਿਵਾ ਬੰਦ ਹੋਊਗੀ ਦੇਖੋ ਪਾਣੀ ਗਾਈਸ ਇੰਨਾ ਮੀਂਹ ਪੈ ਕੇ ਤੇ ਗਰਮੀ ਦੇਖਿਓ ਸਾਡੇ ਵਾਲੇ ਸਾਈਡ ਕਿਉਂ ਨੀ ਪਾਇਆ ਰੱਬਾ ਤੂੰ ਪੁੱਲ ਵਾਲਾ ਪਾਣੀ ਸਾਰਾ ਉੱਪਰੋਂ ਆ ਕੇ ਇੱਥੇ ਖੜ ਗਿਆ ਵਹੀਕਲਸ ਖੜ ਗਏ ਸਭ ਦੇ ਵਹੀਕਲਸ ਖੜ ਗਏ ਹਟ ਗਿਆ ਡੁੱਬ ਗਿਆ ਡੁੱਬ ਗਿਆ ਬਠਿੰਡਾ ਡੁੱਬ ਗਿਆ ਲਓ ਜੀ ਆਪਾਂ ਗੁੰਨੂ ਨੂੰ ਲਿਆ ਨੀ ਇੱਧਰ ਪਹੁੰਚ ਗਏ ਪਹਿਲਾਂ ਪੈਟਰੋਲ ਪੰਪ ਤੇ ਤੇਲ ਪਵਾ ਲਈਏ ਕਿਉਂਕਿ ਸਾਈਨ ਆ ਗਿਆ ਸੀਗਾ ਤੇ ਉਧਰੋਂ ਪਾਣੀ ਵੀ ਬਹੁਤ ਖੜਾ ਹੋਰ ਰਾਹ ਚ ਖੜੇ ਰਹਿੰਦੀ ਅਸੀਂ ਅੰਗਲ ਲੈ ਲਿਆ ਸੀ ਤਾਂ ਆ ਕੇ ਬਹੁਤ ਮੀਂਹ ਪੈ ਗਿਆ ਇੱਧਰ ਤਾਂ ਬਹੁਤ ਜ਼ਿਆਦਾ ਲਓ ਜੀ ਗੁੰਨੂ ਨੂੰ ਲੈ ਲਈਏ ਉਹ ਖੜੀ ਗੁੰਨੂ ਮੈਡਮ ਗੁੰਨੂ ਦੇਖਦੀ ਹੋਣੀ ਆ ਗੁੰਨੂ ਨੂੰ ਪਤਾ ਹੀ ਨਹੀਂ ਲੱਗਿਆ ਹੋਣਾ ਦੇਖਦੀ ਦੇਖਿਆ ਦੇਖਦੀ ਅੱਛਾ ਹੁਣ ਪਤਾ ਲੱਗਿਆ ਹੁਣ ਅੱਛਾ ਕਿੱਥੇ ਖੁੱਲਦੀ ਆ ਤੇ ਤੂੰ ਆਏ ਦੇਖਦੀ ਸੀਗੀ ਪਤਾ ਹੀ ਨੀ ਆਪਣੇ ਤਾਂ ਉਧਰ ਮੀਂਹ ਪਿਆ ਨੀ ਇੱਧਰ ਤਾਂ ਇੰਨਾ ਮੀਂਹ ਇੰਨਾ ਪਾਣੀ ਬਹੁਤ ਜ਼ੋਰ ਦੀ ਪਿਆ ਹਾਏ ਕਿੰਨੀ ਸੌਫਟ ਹਾਏ ਕਿੰਨੀ ਸੌਫਟ ਹਾਏ ਤੂੰ ਕਿੱਥੇ ਛੁਪੇ ਹੋਏ ਡਰ ਗਈ ਗੁੰਨੂ ਡਰ ਗਈ ਗੁੰਨੂ ਡਰ ਗਈ ਦੇਖ ਲਓ ਆ ਕੁਛ ਕਰਦੇ ਆ ਇੰਨਾ ਪਾਣੀ ਸੀ ਗੁੰਨੂ ਇੰਨਾ ਪਾਣੀ ਸੀ ਮਸਾ ਆਇਆ ਸੀ ਇਹ ਗੱਡੀ ਦੀ ਇਨਕੁਆਇਰੀ ਕਰਨ ਬਹਿ ਗਈ ਹੁਣ ਸਰ ਇੱਧਰ ਵੀ ਫੁੱਲ ਪਾਣੀ ਅਮਰੀਕ ਸਿੰਘ ਰੋਡ ਵੀ ਡੁੱਬ ਗਿਆ ਪੂਰਾ ਉਹ ਗੱਡੀ ਦੇਖੋ ਪਿੱਛੇ ਜ਼ਿਆਦਾ ਸੀਗਾ ਮੈਨੂੰ ਡਰਾਤਾ ਸੀ ਗਾਇਸ ਮੈਨੂੰ ਡਰਾਤਾ ਸੀਗਾ ਹੋਰ ਤੈਨੂੰ ਕੋਈ ਕੰਮ ਡਰ ਗਈ ਸੀ ਇਹ ਤਾਂ ਉਹੀ ਡਰ ਜਾਂਦੀ ਹੈ ਮਾੜੇ ਜੇ ਨਾਲ ਤੂੰ ਤਾਂ ਫੇਰ ਅਚਾਨਕ ਡਰਾਇਆ ਲਓ ਜੀ ਦੋ ਦੋ ਗੱਡੀਆਂ ਹੋ ਗਈਆਂ ਹੁਣ ਗੱਡੀ ਲਾਉਣ ਵਾਸਤੇ ਜਗ੍ਹਾ ਚਾਹੀਦੀ ਹੈ ਹੋਰ ਜਨਾਬ ਜੀ ਕਰ ਰਹੇ ਆ ਸੈੱਟ ਉੱਧਰ ਫਿਰ ਕਾਰਨਰ 'ਤੇ ਵੀ ਆ ਜਾਂਦੀ ਹੈ ਨਾ ਅਤੇ ਕਿਰਪਾ ਚਾਹੀਦੀ ਹੈ ਰੱਬ ਦੀ ਬਸ ਗੱਡੀਆਂ ਦੀ ਕੀ ਘਾਟ ਆ ਹੈ ਨਾ ਵੀ ਬਸ ਕਰੋ ਦੋਵੇਂ ਬਰਾਬਰ ਬਰਾਬਰ ਖੜਾਵਾਂਗੇ
ਤੇ ਮੌਸਮ ਸਾਡੇ ਹੋਇਆ ਪਿਆ ਬੱਦਲਵਾਈ, ਦੇਖੋ ਕੀ ਬਣਦਾ, ਮੀਂਹ ਆਉਂਦਾ ਜਾਂ ਨਹੀਂ ਆਉਂਦਾ ਕੁਛ ਕਹਿ ਨਹੀਂ ਸਕਦੇ। ਅਤੇ ਵਾਹਿਗੁਰੂ ਦੀ ਕਿਰਪਾ ਨਾਲ ਦੋ ਹੋ ਗਈਆਂ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਕਿਹਾ। ਅਤੇ ਅੱਜ ਜਨਾਬ ਜੀ ਗਏ ਸੀ 13 ਸਾਲਾਂ ਬਾਅਦ ਮਰਸੜੀ 'ਤੇ, ਤੁਹਾਡੀ ਮਾਸੀ ਬੱਸ 'ਤੇ ਅੱਜ ਪਾਪਾ 13 ਸਾਲਾਂ ਬਾਅਦ ਗਏ ਸੀ। ਇਹ ਕਹਿੰਦੇ ਮਾਸੀ ਬੱਸ 'ਤੇ ਅਸੀਂ ਵੀ ਜਾਣਾ, ਮਾਸੀ ਬੱਸ 'ਤੇ ਕੀਤਾ ਸਫ਼ਰ 13 ਸਾਲਾਂ ਬਾਅਦ ਮਰਸੜੀ ਬੱਸ 'ਤੇ 13 ਸਾਲਾਂ ਬਾਅਦ ਗਏ ਸੀਗੇ। ਜਿਸੋਂ ਚੰਡੀਗੜ੍ਹ ਜਾਂਦੇ ਹੁੰਦੇ ਸੀਗੇ ਉਦੋਂ ਜਾਂਦੇ ਹੁੰਦੇ ਸੀਗੇ, ਵੇਟ ਗਾਈਸ ਕੱਟਿਆ ਗਿਆ ਚਲੋ। ਅਤੇ ਅੱਜ ਗਏ ਸੀ ਜਵਾਕਾਂ ਦੀ ਮਾਸੀ ਬੱਸ 'ਤੇ, ਜਵਾਕਾਂ ਦੇ ਪਾਪਾ 13 ਸਾਲਾਂ ਬਾਅਦ ਕੀਤਾ ਮਾਸੀ ਬੱਸ ਦਾ ਸਫ਼ਰ। ਜਵਾਕ ਹੋਏ ਗੁੱਸੇ, ਰਾਈਟ ਹਾਂ ਜਾਣ, 13 ਸਾਲਾਂ ਬਾਅਦ ਪਾਪਾ ਨੇ ਕੀਤਾ ਮਾਸੀ ਬੱਸ ਦਾ ਸਫ਼ਰ, ਜਵਾਕ ਹੋਏ ਗੁੱਸੇ, ਕਹਿੰਦੇ ਸਾਨੂੰ ਨਹੀਂ ਲੈ ਕੇ ਗਏ, ਅਸੀਂ ਵੀ ਜਾਣਾ ਸੀ ਕਹਿੰਦੇ ਮਾਸੀ ਬੱਸ 'ਤੇ। ਦੁਬਾਰਾ ਲੱਡੂ ਵੰਡਣੇ ਪੈਣਗੇ, ਹਵਾ ਭਰਨੀ ਹੈ, ਕਹਿੰਦੇ ਮੇਰੇ ਚਾਚੂ ਦਾ ਪੰਪ ਹੀ ਆ, ਮੈਂ ਹਵਾ ਭਰ ਲੈਂਦਾ, ਲੈ ਐਂ ਕਰਦੇ ਆ, ਚਾਚੂ ਚਾਚੂ ਹੀ ਹੁੰਦੀ ਆ ਫਿਰ, ਹੈ ਲਿਓ ਮੈਂ ਭਰਦਾ। ਸੈਬੂ ਨੇ ਲਾ ਲਿਆ ਪਾਪਾ ਨੂੰ ਕੰਮ, ਕਹਿੰਦੇ ਹਵਾ ਭਰ ਦਿਓ, ਜ਼ੋਰ ਲੱਗਦਾ, ਜ਼ੋਰ ਦੇਖਣ 'ਚ ਤਾਂ ਨਹੀਂ ਲੱਗਦਾ, ਮੂੰਹ ਬਣ ਗਿਆ ਪਾਪਾ ਦਾ, ਕਹਿੰਦਾ ਮੂੰਹ ਦੇਖੋ ਹਾਂ। ਚਲੋ ਜੀ ਗਾਈਸ, ਹਵਾ ਦੇ ਨਾਲ ਨਾਲ ਹਵਾ ਭਰੀ ਗਈ ਸਾਡੇ 'ਚ ਫੁੱਲ, ਜਨਾਬ ਜੀ 'ਚ ਫੁੱਲ, ਸੈਬੂ 'ਚ ਫੁੱਲ, ਗੁੰਨੂ 'ਚ ਫੁੱਲ, ਸਾਰਿਆਂ 'ਚ ਭਰੀ ਫੁੱਲ ਹਵਾ ਭਰਤੀ। ਅਤੇ ਫੁੱਲ ਹਵਾ ਭਰਨ ਦੇ ਨਾਲ ਨਾਲ ਹੀ ਅੱਜ ਦੇ ਵਲੋਗ ਦਾ ਆਪਾਂ ਕਰਦੇ ਹਾਂ ਐਂਡ, ਲਾਈਕ ਸ਼ੇਅਰ ਕਮੈਂਟ ਕਰਕੇ ਜੂ ਜਾਇਓ। ਓ ਮੇਰੇ ਕੋਲ ਤਾਂ ਨਹੀਂ ਸੈਬੂ ਚਾਬੀ ਲਿਆ ਕਿਤੇ ਗੱਡੀ ਦੀ, ਅਤੇ ਲਾਈਕ ਸ਼ੇਅਰ, ਚੱਲ ਫਿਰ ਇੱਧਰ ਬੋਲਦੇ ਗਾਈਸ ਨੂੰ, ਅੱਜ ਦਾ ਵਲੋਗ ਆਪਾਂ ਇੱਥੇ ਕਰਦੇ ਸਮਾਪਤ, ਕੱਲ ਮਿਲਾਂਗੇ ਇੱਕ ਹੋਰ ਨਵੇਂ ਵਲੋਗ ਦੇ ਨਾਲ, ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਜਾਇਓ। ਓਕੇ ਜੀ, ਬਾਏ ਬਾਏ, ਗੁੱਡ ਨਾਈਟ, ਟੇਕ ਕੇਅਰ, ਗੁੱਡ ਨਾਈਟ ਕਰਤੀ ਅੱਜ ਅਸੀਂ ਜਲਦੀ ਗਏ, ਅਤੇ ਸੈਬੂ ਨੇ ਹਜੇ ਸਾਈਕਲ ਚਲਾਉਣਾ ਦੇਖ, ਡਰ ਪੈਰ ਤਾਂ ਤੇਰੇ ਥੱਲੇ ਨਹੀਂ ਲੱਗਦੇ, ਚੜਿਆ ਨਹੀਂ ਜਾਂਦਾ ਗਾਈਸ, ਇਹ ਦੇਖ ਲਓ, ਛੱਡਿਓ ਨਾ, ਅੱਗੇ ਐਕਟਿਵਾ ਆ ਰਹੀ ਆ, ਮਾਰ ਪੈਡਲ, ਚਲੋ ਬਸ ਆ ਜਾਓ। ਓਕੇ ਜੀ, ਬਾਏ ਬਾਏ, ਗੁੱਡ ਨਾਈਟ। ਗੁੱਡ ਨਾਈਟ ਨਹੀਂ, ਕੰਮ ਬਹੁਤ ਪਿਆ, ਬਟ ਆਪਾਂ ਜਲਦੀ ਕਰਤਾ ਕਿਉਂਕਿ ਥੋੜ੍ਹੇ ਜਿਹੇ ਬਿਜ਼ੀ ਆ, ਆ ਜਾਓ ਬਸ, ਜੇ ਹੋਰ ਕੁਛ ਹੋਇਆ ਤਾਂ ਬਣਾਵਾਂਗੇ, ਜ਼ਰੂਰ ਦਿਖਾਵਾਂਗੇ ਤੁਹਾਨੂੰ, ਬਸ ਹੁਣ ਅੰਦਰ ਲਿਆਓ। ਐਕਸੀਡੈਂਟ ਹੋ ਗਿਆ, ਐਕਸੀਡੈਂਟ ਹੋ ਗਿਆ, ਗੇਟ ਵੜਦੇ ਐਕਸੀਡੈਂਟ ਕਰਤਾ, ਚੱਲ ਉੱਤਰ ਜਾ।